हाँ जी, सत श्री अकाल जी सारों, होर ठीक ठाक हो। सो असी वीडियो बनाउन आए सी मुल्लापुर, ते इधर बाई अवतार ते नाल दोदर है। तुहानू एक चीज दिखाउणा है, बाई ने टूल टैक्स तो बचण लई बाई ने कच्ची जी बही जे पा लिया, ते टोए ने वाले वड्डे बाबे हो, ते गड्डी ना हिलदी तुहानू वीडियो च दिखदी होऊगी। बई किन्ना टोल दस रहा सीगा? 150 रुपया फास्ट टैग दा, हां, ते 300 रुपया ओमन। अच्छा, 300 रुपया है जे आम बंदा लंघदा है एक पासे दा? हां, जे असी औणा जाणा रोज ते 600 पै गया। ठीक है, फास्ट टैग भी लाउणे 300 पै गया। हां, कदो देना साला? ਮੁੱਲਾ ਦਾ 1.5 ਕਿਲੋਮੀਟਰ ਹੋਣਾ, 2 ਕਿਲੋਮੀਟਰ ਹੋਊ ਵੱਧ ਤੋਂ ਵੱਧ। ਹਾਂ, 2 ਕਿਲੋਮੀਟਰ ਇਹ ਹੂੰ, ਅਸਲ ਵਿੱਚ ਜੇ ਕਿਸੇ ਨੇ ਬਚਣਾ ਹੋਵੇ ਹਨਾ ਆਮ ਬੰਦੇ ਨੇ, ਤਾਂ ਕਿੱਥੋਂ ਦੀ ਲੋਕੇਸ਼ਨ ਕਿੱਥੋਂ ਦੀ ਹੈਗੀ? ਇੱਥੋਂ ਸ਼ੇਖੂਪੁਰਾ ਪਿੰਡ ਆ, ਟੋਲ ਤੋਂ ਪਹਿਲੇ ਸ਼ੇਖੂਪੁਰਾ ਪਿੰਡ ਨੂੰ ਪਾਲੋ, ਉਧਰੋਂ ਵੀ ਸ਼ੇਖੂਪੁਰਾ ਪਿੰਡ ਹੀ ਆਉਂਦਾ, ਇਧਰੋਂ ਵੀ ਸ਼ੇਖੂਪੁਰਾ ਪਿੰਡ। ਅੱਛਾ, ਜਦੋਂ ਲੁਧਿਆਣੇ ਵੱਲੋਂ ਆਉਂਦੇ ਆ ਹਾਂ, ਤਾਂ ਟੋਲ ਤੋਂ ਪਹਿਲਾ ਪਿੰਡ ਆ ਸ਼ੇਖੂਪੁਰਾ, ਉਧਰ ਮੁੜੇ ਆਉਣਾ। ਪਿੰਡ ਦੇ ਵਿੱਚ ਦੀ ਹੋ ਕੇ ਆਉਂਦੀ ਆ ਰੇਲ ਦੀ ਪਟੜੀ ਦੇ, ਰੇਲ ਦੀ ਪਟੜੀ ਦੇ ਨਾਲ ਨਾਲ ਹਨਾ ਇਹ ਪਈ ਹੈਗੀ, ਇਹ ਪਈ ਹੈ, ਤੇ ਇਹ ਤਾਂ ਆਪਾਂ ਗੱਡੀ ਵੀ ਜੀਪ ਕਰਕੇ ਲੈ ਆਉਂਦੀ। ਬਾਬੇ ਟੋਏ ਵਾਲੇ ਵੱਡੇ ਨਹੀਂ ਮੈਸੇ, ਟੋਏ ਤਾਂ ਆਉਣਾ ਪਊਗਾ ਬਾਜ ਕੇ। ਪਧਰੀਆਂ ਪੁਧਰੀਆਂ ਜਾਂਦੇ ਆ, ਫਿਰ ਇਸ ਰਾਹ ਆ ਜਿਓ ਜੇ ਸਹੀ ਸਮਝੇ ਤੁਸੀਂ, ਸਹੀ ਹੈ ਗੱਲ, ਰਾਹ ਦੇਖ ਕੇ ਸੁਚਣਿਓ। ਲਓ ਜੀ, ਆਪਾਂ ਪਹੁੰਚ ਗਏ ਹਨਾ ਉੱਥੇ ਜਿੱਥੋਂ ਲੋਕੇਸ਼ਨ ਮਤਲਬ ਨਿਕਲਦੀ ਆ ਹਨਾ, ਉੱਥੋਂ ਦਿਖਾਉਣੇ ਵੀ ਕਿੱਥੋਂ ਤੁਸੀਂ ਭਾਈ ਅਸਲ ਵਿੱਚ ਬੜਨਾ ਗਾ, ਬਚਣਾ ਕਿੱਥੋਂ ਆ ਤੁਸੀਂ ਟੋਲ ਤੋਂ ਹਨਾ, ਉਹ ਦਿਖਾਉਣੇ ਚੱਲ ਕੇ। ਲਓ ਬਾਬਿਓ, ਜੇ ਤੁਸੀਂ ਲੁਧਿਆਣਾ ਸਾਈਡ ਕਨੀ ਆਓਗੇ ਹਨਾ, ਇੱਥੇ ਸ਼ੇਖੂਪੁਰਾ ਨੂੰ ਮੁੜਨਾ ਆਪਾਂ ਨੇ ਮੇਨ ਰੋਡ ਤੋਂ, 1.5 ਕਿਲੋਮੀਟਰ ਜਾ ਕੇ ਪਟੜੀ ਆ ਜੂਗੀ ਹਨਾ, ਰੇਲਵੇ ਵਾਲੀ, ਉਹਦੇ ਨਾਲ ਨਾਲ ਪਹੀ ਜਾਂਦੀ ਹੈ ਕੱਚੀ, ਉਹ ਪਹੁੰਚ ਜਾਣੀ। ਉਹ ਕਿੱਥੇ ਨਿਕਲੂ ਜਾ ਕੇ? ਉਹ ਨਿਕਲੂਗੀ ਸ਼ੇਖੂਪੁਰੇ ਦੇ ਪਰਲੇ ਪਾਸੇ, ਆ ਪਿੰਡ ਦੇ ਵਿੱਚ ਰਾਹ ਵੜ ਗਿਆ। ਹਾਂ, ਜਿਹਨੇ ਤਾਂ ਪਿੰਡ ਵਿੱਚ ਦੀ ਜਾਣਾ, ਗੱਡੀ ਛੋਟੀ ਹੈ, ਪਿੰਡ ਵਿੱਚ ਦੀ ਹੋ ਕੇ ਆਜੂ ਮੇਨ ਰੋਡ ਤੇ ਚੜ ਜੂ। ਇਹ ਪਰਲੇ ਪਾਸੇ ਜਦੋਂ ਆਉਂਗੇ ਨਾ, ਬਾਰ ਬਾਰ GT ਰੋਡ ਤੇ ਲੱਗੇ ਹੋਏ ਸੈਂਡ, GT ਰੋਡ ਨੂੰ ਜਾਂਦਾ, ਉਧਰੋਂ ਸ਼ੇਖੂਪੁਰੇ ਜਦੋਂ ਬਾਹਰ ਨਿਕਲੇ, ਉਹ ਢਾਬਾ, ਢਾਬੇ ਦੇ ਨਾਲ ਫੇਰ ਮੇਨ ਰੋਡ ਚੜ੍ਹਦਾ। ਯਾਨੀ ਕਿ ਟੂਲ ਟੈਕਸ ਕੱਟਿਆ ਜਾਊਗਾ, 600 ਰੁਪਏ ਦੀ ਤੁਹਾਡੀ ਬਚਤ ਹੈਗੀ ਹੈ। ਲਓ ਜੀ, ਅੱਗੇ ਆਪਾਂ ਚੱਲਦੇ ਹਾਂ ਬਾਈ। ਬਾਬਿਓ, ਸਵੇਰ ਦੇ ਭੱਜੇ ਫਿਰਦੇ ਸੀ ਬਾਈ ਅਵਤਾਰ, ਕਹਿੰਦਾ ਸਾਨੂੰ ਜੂਸ ਪਿਆਉਣੇ ਆਗੇ, ਕਹਿੰਦਾ ਉਧਰ ਕਿਹੜਾ ਪੀਣਾ ਫਿਰ? ਸ਼ੇਰਾ ਗੱਲ ਬਾਤ ਹੈ, ਮੁੱਲਾਪੁਰ ਦਾਖਾਂ ਤੁਸੀਂ ਦੇਖੋ। ਲਓ ਜੀ, ਉਹ ਮੁੰਡੇ ਦਾ ਦਿਖਾ, ਜ਼ਿਆਦਾ ਉਹ ਮੁੰਡੇ ਦਾ ਦਿਖਾ, ਮੁੰਡੇ ਨੂੰ ਦਿਖਾਈਏ। ਲਓ ਜੀ, ਕਿਹੜੀ ਦੁਕਾਨ ਦੁਕੂਨ ਹੈ? ਬਿੱਲੂ। ਸ਼ੇਰਾ ਗੱਲ ਬਾਤ ਹੈ, ਏ ਟੂ ਜ਼ੈਡ ਸਮਾਨ ਪਿਆ ਦੇਖ ਲਓ ਨਾ। ਲਓ ਜੀ, ਤਿਆਰ ਹੋ ਜਾਂਦੇ ਕਿਹੜਾ ਦਾਵਾ ਦਾਵ ਕਿਹੜਾ, ਫਿਰ ਪੀਂਦੇ ਆਗੇ। ਲਓ ਜੀ ਬਾਬਿਓ, ਹੋ ਗਿਆ ਤਿਆਰ, ਚੱਕ ਲਓ ਕਰਾਂ ਬਈ ਆਪਣੇ ਆਪਣੇ ਪਛਾਣ ਕੀ ਕਰਾਂ ਹੈਨਾ। ਲਓ ਜੀ ਬਾਬਿਓ, ਪਹੁੰਚ ਗਏ ਆਪਾਂ ਦੋਦਰ ਤੇ, ਕਦੇ ਤੇ ਬਾਈ ਨੂੰ ਉਤਾਰਤਾ। ਹਾਂਜੀ, ਤੇ ਕਿੰਨਾ ਟਾਈਮ ਹੋ ਗਿਆ ਬਾਈ? ਟਾਈਮ ਵੀਰੇ 6:15 ਦੇ ਨੇੜੇ। 6:15 ਦੇ, ਮੈਨੂੰ ਲੱਗਦਾ ਘੰਟਾ ਮੈਨੂੰ ਲੱਗ ਜੂ ਹੈਨਾ। 6:19 ਹੋ ਗਏ ਬਾਬਿਓ, ਤੇ ਬਾਈ ਨੂੰ ਉਤਾਰਤਾ, ਤੇ ਸਮਾਨ ਸਮੂਨ ਮੇਰਾ ਟੀਫਨ ਫੜਾ ਦੇ ਰੇ, ਤੇ ਇਹਦੇ ਵਿੱਚ ਉਹ ਕੱਢ ਲਾ ਸਮਾਨ ਕਿਰਾ ਉਹਦਾ, ਤੇ ਹੁਣ ਆਪਾਂ ਪਿੰਡ ਜਾ ਕੇ ਹਨਾ ਬਲੌਗ ਨੂੰ ਸਮਾਪਤ ਕਰਾਂਗੇ। ਲਗਭਗ ਮੈਨੂੰ ਲੱਗਦਾ ਘੰਟਾ ਕੁ ਲੱਗ ਜੂ ਹਨਾ ਰਾਹ ਦੇ ਵਿੱਚ, ਤੇ ਮਿਲਦੇ ਹਾਂ। ਓਕੇ ਓਕੇ ਬਾਈ, ਕੱਲ੍ਹ ਮਿਲਦੇ ਹਾਂ ਹਨਾ, ਰੋਟੀ ਰੋਟੀ ਬਸ, ਧੰਨਵਾਦ, ਥੈਂਕ ਯੂ। ਚਲੋ ਠੀਕ ਹੈ ਵੀਰੇ, ਧਿਆਨ। ਓਕੇ ਓਕੇ। ਲਓ ਵੀ ਬਾਬਿਓ, ਪਹੁੰਚ ਗਏ ਆਪਾਂ ਘਰੇ ਹਨਾ, ਫਾਈਨਲੀ 7:31 ਹੋ ਗਏ। ਕਿਵੇਂ ਬੇਬੇ? ਠੀਕ ਹੈ। ਲਓ ਜੀ, ਆਹ ਭਾਈ ਸਾਡੀ ਲਾਡੋ, ਝਾਤੀ ਮਾਤੀ ਝਾਤੀ ਮਾਤੀ। ਲਓ ਜੀ, ਸੁੱਤੀ ਪਈ ਆ ਲਾਡੋ ਸਾਡੀ ਰਸਵੀਰ, ਮੋਬਾਈਲ ਦੇਖੀ ਜਾਂਦਾ। ਲਓ ਜੀ, ਇੱਧਰ ਮੰਮੀ ਰੋਟੀ ਲਾਹੀ ਜਾਂਦੀ ਹੈ, ਤੇ ਆਪਾਂ ਹੁਣ ਰਸਵੀਰ ਨਾਲ ਮਿਲਾਉਣੇ ਹਾਂਗੇ, ਅਤੇ ਅੱਜ ਦਾ ਵਲੌਗ ਆ ਜਿਹੜਾ ਫਿਰ ਆਪਾਂ ਸਮਾਪਤ ਕਰਾਂਗੇ। ਇੱਥੇ ਤਾਂ ਹੈ ਨਹੀਂ ਉਹ। ਅੱਛਾ, ਇੱਧਰ ਬੈਠਾ ਹੈਗਾ। ਲਓ ਜੀ, ਡੈਡੀ ਕੋਲ ਬੈਠਾ ਹੈਗਾ, ਮੋਬਾਈਲ ਦੇਖੀ ਜਾਂਦਾ। ਕਿਵੇਂ ਰਹੇ ਵੀਰ?
ਠੀਕ ਹੈ ਲਓ ਜੀ ਲਓ ਜੀ ਬਾਬੇ ਆਪਣਾ ਅੱਜ ਦਾ ਬਲੌਗ ਹੈ ਜਿਹੜਾ ਉਹ ਖਤਮ ਕਰ ਦਿਆਂਗੇ ਹੈ ਨਾ ਕੱਲ੍ਹ ਨੂੰ ਨਵਾਂ ਸਟਾਰਟ ਕਰਾਂਗੇ ਸੋ ਆਪਣੇ ਬਲੌਗ ਨੂੰ ਸ਼ੇਅਰ ਕਰ ਦਿਓ ਅਤੇ ਜਿਹੜੇ ਪਹਿਲੀ ਵਾਰ ਪੇਜ 'ਤੇ ਫੋਲੋ ਕਰ ਲਿਓ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਧੰਨਵਾਦ ਜੀ ਸਾਰਿਆਂ ਦਾ